ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਕਰਨ ਲੱਗੇ ਹਾਂ ਜੀ ਅਭਿਆਸ ਨੰਬਰ 11। ਠੀਕ ਆ, ਆਪਣੀ ਪਹਿਲੀ ਬੁੱਕ ਦੇ ਜਿਹੜੀ ਕੁੰਜੀ ਹੈਗੀ ਆ ਉਹਦੇ ਵਿੱਚ ਅਭਿਆਸ ਨੰਬਰ 11 ਦੀ ਪੰਜਾਬੀ ਦਿੱਤੀ ਹੋਈ ਆ। ਜਿਹੜੀ ਮੇਨ ਬੁੱਕ ਹੈਗੀ ਆਪਣੀ ਪ੍ਰਮਾਣਿਕ ਸੰਕੇਤਕ ਲਿਪੀ, ਉਹਦੇ ਵਿੱਚ ਜੀ ਇਹਦੀ ਪੰਜਾਬੀ ਦਿੱਤੀ ਹੋਈ ਆ। ਠੀਕ ਆ, ਪਹਿਲਾ ਅੱਖਰ ਹੈਗਾ, ਪਹਿਲੀ ਲਾਈਨ ਦਾ ਪਹਿਲਾ ਅੱਖਰ ਬਾਬੂ, ਦੋ ਬੱਬੇ ਆ, ਲੰਮਾ ਕਰਤਾ ਅੱਖਰ ਨੂੰ। ਬਾਬੂ ਨੂੰ ਕਹਿਣਾ ਕੱਕੇ ਦਿਲਾਵਾਂ ਨਾ ਨਹੀਂ ਕੰਨਾ, ਜਿਵੇਂ ਅੱਖਰ ਬੋਲਿਆ ਜਾਣਾ। ਠੀਕ ਆ, ਹਾਹਾ ਲਾਉਣ ਦੀ ਲੋੜ ਨਹੀਂ ਹੈਗੀ। ਨੂੰ ਆਪਣਾ ਸ਼ਬਦ ਚੰਨ ਸੀ ਡਾਰਕ ਆ। ਠੀਕ ਆ, ਅੰਗਾ ਲਾਈਨ 'ਤੇ ਪਾਉਣਾ। ਠੀਕ ਆ, ਬਾਬੂ ਨੂੰ ਕਹਿਣਾ ਕਿ ਕੱਕੇ ਸਹਿਰੀ ਫਿੱਕੀ ਬਿੰਦੀ ਥਰਡ ਪਲੇਸ, ਕਹਿਣਾ ਕਿ ਉਹ ਮੇਰਾ ਇੱਕ ਬਿੱਲ ਥਰਡ ਪਲੇਸ ਬਿੱਲ ਅੱਜ ਲੈ ਆਵੇ ਡੰਡੀ। ਬਾਬੂ ਨੂੰ ਕਹਿਣਾ ਕਿ ਉਹ ਮੇਰਾ ਇੱਕ ਬਿੱਲ ਅੱਜ ਲੈ ਆਵੇ ਡੰਡੀ। ਅੱਜ ਤੁਸੀਂ ਆਪਣੀ ਕਾਰ ਮੇਰੀ ਕੋਠੀ ਕੱਕੇ ਹੋੜਾ ਕੋਠੀ ਭੇਜ ਦੇਣਾ ਡੰਡੀ। ਠੀਕ ਆ, ਮੇਰੀ ਵਿੱਚ ਆਪਾਂ ਵਾਵਲ ਲਾ ਸਕਦੇ ਹਾਂ ਬਿਹਾਰੀ ਲਾਉਣੀ ਤਾਂ। ਠੀਕ ਆ, ਡੰਡੀ ਤੁਹਾਨੂੰ ਹੁਣੇ ਔਂਕੜਾ ਗਾ ਹੁਣੇ ਮੰਡੀ ਮੰਮਾ ਨਾ ਡੀ ਮੰਡੀ ਪਹੁੰਚ ਸ਼ਬਚਨ ਜਾਣਾ ਚਾਹੀਦਾ ਹੈ ਡੰਡੀ। ਉਹਨਾਂ ਦੀ ਇਹ ਮੰਗ, ਮੰਮਾ 'ਤੇ ਅੰਗ ਪਾਉਣਾ ਗੱਗਾ ਨਹੀਂ ਪਾਉਣਾ, ਮੰਗ ਹੈ ਕਿ ਉਨੀ ਦਲੰਕੜਾ ਗਾ ਕਿ ਉਨੀ ਧਾਗੇ ਧੱਦੇ ਕੰਨਾਂ ਗੱਗੇ ਲਾਵਾਂ, ਧਾਗੇ 'ਤੇ ਪਾਬੰਦੀ ਨਹੀਂ ਹੋਣੀ ਛਪਚਨ ਹੋਣੀ ਚਾਹੀਦੀ ਡੰਡੀ। ਨੈਕਸਟ ਲਾਈਨ ਪੰਜਵੀਂ, ਕੀ ਤੁਸੀਂ ਲਾਈਨ 'ਤੇ ਆ, ਤੁਸੀਂ ਆਪਣਾ ਮਾਲ ਬਾਹਰ ਛਪਚਨ ਬਾਹਰ ਵੀ ਭੇਜਦੇ ਹੋ, ਪੱਬਾ ਜੱਜਾ ਦਲਾਂ ਭੇਜਦੇ ਹੋ ਹਾਹੇ ਹੋੜਾ ਡੰਡੀ। ਹਾਂਜੀ, ਇਹ ਸੀ 11 ਨੰਬਰ ਐਕਸਾਈਜ਼ ਦੀਆਂ ਪਹਿਲੀਆਂ 5 ਲਾਈਨਾਂ। ਠੀਕ ਹੈ, ਥੈਂਕ ਯੂ ਜੀ।